ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਿੰਡ ਮੂਸਾ ਛੱਡ ਕੇ ਵਿਦੇਸ਼ ਲਈ ਰਵਾਨਾ ਹੋ ਗਏ ਨੇ ਤਾਂ ਵਿਦੇਸ਼ ਲਈ ਰਵਾਨਾ ਹੋਏ ਨੇ ਸਿੱਧੂ ਮੂਸੇਵਾਲੇ ਦੇ ਮਾਦਾ ਪਿਤਾ ਔਰ ਕੁਝ ਸਮੇਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਈਮੇਲ ਰਾਹੀਂ ਧਮਕੀ ਮਿਲੀ ਸੀ ਲੋਰੈਂਸ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਈਮੇਲ ਕਰਕੇ ਧਮਕਾਇਆ ਗਿਆ ਸੀ ਕਿ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਤੇਰਾ ਹਾਲ ਤੇਰੇ ਪੁੱਤੋ ਵੀ ਮਾਰਾ ਕਰਾਂਗੇ ਹਾਲਾਂਕਿ ਪਿਤਾ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਂ ਇਹ ਗੈਂਗਸਟਰ ਮੈਨੂੰ ਨਹੀਂ ਡਰਾ ਸਕਦੇ ਮੈਂ ਆਪਣੇ નિર્ਦੋਸ਼ ਪੁੱਤ ਨੂੰ ਇਨਸਾਫ ਦਿਵਾ ਕੇ ਹੀ ਸਾ ਲਵਾਂਗਾ ਪਰ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵਿਦੇਸ਼ ਲਈ ਰਵਾਨਾ ਹੋ ਗਏ ਨੇ ਔਰ ਪਿਤਾ ਨੇ ਦੱਸਿਆ ਸੀ ਕਿ ਉਹਨਾਂ ਦੇ ਪੁੱਤਰ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਵਿਦੇਸ਼ ਦੇ ਵਿੱਚ ਵੀ ਕਾਰੋਬਾਰ ਨੇ ਉਹਨਾਂ ਨੂੰ ਸਮੇਟਣ ਦੇ ਲਈ ਕੁਝ ਸਮਾਂ ਲੱਗੇਗਾ तकरीबन 2 ਕੁ ਮਹੀਨੇ ਉਹਨਾਂ ਨੇ ਕਿਹਾ ਸੀ ਕਿ ਸਾਰਾ ਕਾਰੋਬਾਰ ਸਮੇਟਣ ਦੇ ਲਈ ਲੱਗ ਜਾਏਗਾ ਇਸ ਕਰਕੇ ਮੈਨੂੰ ਵਿਦੇਸ਼ ਵੀ ਜਾਣਾ ਪੈ ਸਕਦਾ ਹੈ ਤਾਂ ਹੁਣ ਉਹ ਰਵਾਨਾ ਹੋ ਚੁੱਕੇ ਨੇ ਪਿੰਡ ਮੂਸਾ ਤੋਂ ਹਵੇਲੀ ਜਿਹੜੀ ਹੈ ਉਹ ਦੋ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ 10 ਦਿਨਾਂ ਦੇ ਆਰਾਊਂਡ ਦਾ ਸਮਾਂ ਦੱਸਿਆ ਜਾ ਰਿਹਾ ਹਵੇਲੀ ਜਿਹੜੀ ਉਸਦੇ ਤਾਲਾ ਹੁਣ ਲੱਗਿਆ ਹੋਵੇਗਾ ਫੈਨਜ਼ ਲਗਾਤਾਰ ਹਰ ਰੋਜ਼ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲਣ ਦੇ ਲਈ ਜਾਂਦੇ ਸਨ ਉਹਨਾਂ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਸਨ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਜਾਂਦੇ ਸਨ ਪਰ ਹੁਣ 10 ਦਿਨਾਂ ਦਾ ਸਮਾਂ ਦੱਸਿਆ ਜਾ ਰਿਹਾ ਆਪਣੀ ਹਵੇਲੀ ਦੇ ਵਿੱਚ ਨਹੀਂ ਹੋਣਗੇ ਕਿਉਂਕਿ 10 ਦਿਨਾਂ ਦੇ ਲਈ ਉਹ ਵਿਦੇਸ਼ ਰਹਿਣਗੇ ਵਿਦੇਸ਼ ਲਈ ਰਵਾਨਾ ਹੋ ਗਿਆ ਸਿੱਧੂ ਮੂਸੇਵਾਲੇ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਔਰ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਦੇ ਲਈ ਪਿਤਾ ਪੂਰੇ ਵਾ ਲਾਣਗੇ ਇਹ ਉਹਨਾਂ ਦਾ ਕਹਿਣਾ ਹੈ ਕਿਉਂਕਿ ਈਮੇਲ ਰਾਹੀਂ ਜੋ ਧਮਕੀ ਮਿਲੀ ਹੈ ਉਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਧਮਕੀ ਤੋਂ ਡਰਨ ਵਾਲਾ ਨਹੀਂ ਹਾਂ ਆਪਣੇ ਪੁੱਤ ਨੂੰ ਇਨਸਾਫ ਦਿਵਾ ਕੇ ਰਵਾਂਗਾ ਰਾਜੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਨੂੰ 3 ਮਹੀਨੇ ਹੋ ਚੁੱਕੇ ਨੇ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਔਰ ਇਨਸਾਫ ਦੀ ਉਡੀਕ ਦੇ ਵਿੱਚ ਹੈ ਪਰਿਵਾਰ ਔਰ ਉਦੋਂ ਤੱਕ ਆਵਾਜ਼ ਚੁੱਕਦਾ ਰਹੂਗਾ ਪਰਿਵਾਰ ਜਦੋਂ ਤੱਕ ਇਨਸਾਫ ਜਿਹੜਾ ਉਹ ਪੁੱਤ ਨੂੰ ਨਹੀਂ ਮਿਲ ਜਾਂਦਾ ਧਮਕੀ ਮਿਲੀ ਔਰ ਧਮਕੀ ਤੋਂ ਬਾਅਦ ਪਿਤਾ ਨੇ ਕਿਹਾ ਕਿ ਮੈਨੂੰ ਇਹ ਧਮਕੀਆਂ ਡਰਾ ਨਹੀਂ ਸਕਦੀਆਂ ਮੈਂ ਚੁੱਪ ਨਹੀਂ ਬੈਠਾਂਗਾ ਪਰ ਵੱਡੀ ਖਬਰ ਇਸ ਵੇਲੇ ਦੀ ਇਹ ਸਾਹਮਣੇ ਆ ਰਹੀ ਹੈ ਕਿ ਪਿੰਡ ਮੂਸਾ ਛੱਡ ਵਿਦੇਸ਼ ਦੇ ਲਈ ਰਵਾਨਾ ਹੋ ਗਿਆ ਹੈ ਸਿੱਧੂ ਦਾ ਪਰਿਵਾਰ ਤਾਂ ਮਾਤਾ ਪਿਤਾ ਵਿਦੇਸ਼ ਦੇ ਲਈ ਰਵਾਨਾ ਹੋ ਗਏ ਨੇ ਔਰ 10 ਦਿਨਾਂ ਦੇ ਲਈ ਜਿਹੜਾ ਉਹ ਮੂਸਾ ਪਿੰਡ ਛੱਡ ਕੇ ਵਿਦੇਸ਼ ਰਹਿਣਗੇ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਿੰਡ ਮੂਸਾ ਛੱਡ ਕੇ ਵਿਦੇਸ਼ ਲਈ ਰਵਾਨਾ ਹੋ ਗਏ ਨੇ ਤਾਂ ਵਿਦੇਸ਼ ਲਈ ਰਵਾਨਾ ਹੋਏ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਔਰ ਕੁਝ ਸਮੇਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਈਮੇਲ ਰਾਹੀਂ ਧਮਕੀ ਮਿਲੀ ਸੀ ਲੋਰੈਂਸ ਬਿਸ਼ਨੋਈ ਦੇ ਗੁਰਗਿਆਂ ਵੱਲੋਂ ਈਮੇਲ ਕਰਕੇ ਧਮਕਾਇਆ ਗਿਆ ਸੀ ਕਿ ਚੁੱਪ ਕਰਕੇ ਬਹਿ ਜਾ ਨਹੀਂ ਤਾਂ ਤੇਰਾ ਹਾਲ ਤੇਰੇ ਪੁੱਤੋ ਵੀ ਮਾਰਾ ਕਰਾਂਗੇ ਹਾਲਾਂਕਿ ਪਿਤਾ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਹਾਂ ਇਹ ਗੈਂਗਸਟਰ ਮੈਨੂੰ ਨਹੀਂ ਡਰਾ ਸਕਦੇ ਮੈਂ ਆਪਣੇ નિર્ਦੋਸ਼ ਪੁੱਤ ਨੂੰ ਇਨਸਾਫ ਦਿਵਾ ਕੇ ਹੀ ਸਾ ਲਵਾਂਗਾ ਪਰ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵਿਦੇਸ਼ ਲਈ ਰਵਾਨਾ ਹੋ ਗਏ ਨੇ ਔਰ ਪਿਤਾ ਨੇ ਦੱਸਿਆ ਸੀ ਕਿ ਉਹਨਾਂ ਦੇ ਪੁੱਤਰ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਦੇਸ਼ ਦੇ ਵਿੱਚ ਵੀ ਕਾਰੋਬਾਰ ਨੇ ਉਹਨਾਂ ਨੂੰ ਸਮੇਟਣ ਦੇ ਲਈ ਕੁਝ ਸਮਾਂ ਲੱਗੇਗਾ तकरीबन 2 ਕੁ ਮਹੀਨੇ ਉਹਨਾਂ ਨੇ ਕਿਹਾ ਸੀ ਕਿ ਸਾਰਾ ਕਾਰੋਬਾਰ ਸਮੇਟਣ ਦੇ ਲਈ ਲੱਗ ਜਾਏਗਾ ਇਸ ਕਰਕੇ ਮੈਨੂੰ ਵਿਦੇਸ਼ ਵੀ ਜਾਣਾ ਪੈ ਸਕਦਾ ਹੈ ਤਾਂ ਹੁਣ ਉਹ ਰਵਾਨਾ ਹੋ ਚੁੱਕੇ ਨੇ ਪਿੰਡ ਮੂਸਾ ਤੋਂ ਹਵੇਲੀ ਜਿਹੜੀ ਹੈ ਉਹ ਦੋ ਦੱਸਿਆ ਜਾ ਰਿਹਾ ਹੈ ਕਿ ਕਿਉਂਕਿ 10 ਦਿਨਾਂ ਦੇ ਆਰਾਊਂਡ ਦਾ ਸਮਾਂ ਦੱਸਿਆ ਜਾ ਰਿਹਾ ਹਵੇਲੀ ਜਿਹੜੀ ਉਸਦੇ ਤਾਲਾ ਹੁਣ ਲੱਗਿਆ ਹੋਵੇਗਾ ਫੈਨਜ਼ ਲਗਾਤਾਰ ਹਰ ਰੋਜ਼ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਮਿਲਣ ਦੇ ਲਈ ਜਾਂਦੇ ਸਨ ਉਹਨਾਂ ਦੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਦੇ ਸਨ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਜਾਂਦੇ ਸਨ ਪਰ ਹੁਣ 10 ਦਿਨਾਂ ਦਾ ਸਮਾਂ ਦੱਸਿਆ ਜਾ ਰਿਹਾ ਆਪਣੀ ਹਵੇਲੀ ਦੇ ਵਿੱਚ ਨਹੀਂ ਹੋਣਗੇ ਕਿਉਂਕਿ 10 ਦਿਨਾਂ ਦੇ ਲਈ ਉਹ ਵਿਦੇਸ਼ ਰਹਿਣਗੇ ਵਿਦੇਸ਼ ਲਈ ਰਵਾਨਾ ਹੋ ਗਿਆ ਸਿੱਧੂ ਮੂਸੇਵਾਲੇ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਔਰ ਸਿੱਧੂ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਦੇ ਲਈ ਪਿਤਾ ਪੂਰੇ ਵਾ ਲਾਂਗੇ ਇਹ ਉਹਨਾਂ ਦਾ ਕਹਿਣਾ ਹੈ ਕਿਉਂਕਿ ਈਮੇਲ ਰਾਹੀਂ ਜੋ ਧਮਕੀ ਮਿਲੀ ਹੈ ਉਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਕਿ ਮੈਂ ਕਿਸੇ ਤਰ੍ਹਾਂ ਦੀ ਧਮਕੀ ਤੋਂ ਡਰਨ ਵਾਲਾ ਨਹੀਂ ਹਾਂ ਆਪਣੇ ਪੁੱਤ ਨੂੰ ਇਨਸਾਫ਼ ਦਿਵਾ ਕੇ ਰਵਾਂਗਾ ਰਾਜ ਦੇ ਇੱਕ ਸਿੱਧੂ ਮੂਸੇ ਵਾਲੇ ਦੇ ਕਤਲ ਨੂੰ 3 ਮਹੀਨੇ ਹੋ ਚੁੱਕੇ ਨੇ 3 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਔਰ ਇਨਸਾਫ ਦੀ ਉਡੀਕ ਦੇ ਵਿੱਚ ਹੈ ਪਰਿਵਾਰ ਔਰ ਉਦੋਂ ਤੱਕ ਆਵਾਜ਼ ਚੁੱਕਦਾ ਰਹੂਗਾ ਪਰਿਵਾਰ ਜਦੋਂ ਤੱਕ ਇਨਸਾਫ ਜਿਹੜਾ ਉਹ ਪੁੱਤ ਨੂੰ ਨਹੀਂ ਮਿਲ ਜਾਂਦਾ ਧਮਕੀ ਮਿਲੀ ਔਰ ਧਮਕੀ ਤੋਂ ਬਾਅਦ ਪਿਤਾ ਨੇ ਕਿਹਾ ਕਿ ਮੈਨੂੰ ਇਹ ਧਮਕੀਆਂ ਡਰਾ ਨਹੀਂ ਸਕਦੀਆਂ ਮੈਂ ਚੁੱਪ ਨਹੀਂ ਬੈਠਾਂਗਾ ਪਰ ਵੱਡੀ ਖਬਰ ਇਸ ਵੇਲੇ ਦੀ ਇਹ ਸਾਹਮਣੇ ਆ ਰਹੀ ਹੈ ਕਿ ਪਿੰਡ ਮੂਸਾ ਛੱਡ ਵਿਦੇਸ਼ ਦੇ ਲਈ ਰਵਾਨਾ ਹੋ ਗਿਆ ਹੈ ਸਿੱਧੂ ਦਾ ਪਰਿਵਾਰ ਤਾਂ ਮਾਤਾ ਪਿਤਾ ਵਿਦੇਸ਼ ਦੇ ਲਈ ਰਵਾਨਾ ਹੋ ਗਏ ਨੇ ਔਰ 10 ਦਿਨਾਂ ਦੇ ਲਈ ਜਿਹੜਾ ਉਹ ਮੂਸਾ ਪਿੰਡ ਛੱਡ ਕੇ ਵਿਦੇਸ਼ ਰਹਿਣਗੇ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ